ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਗੁਰਾਇਆਂ ਦੇ ਬੜਾ ਪਿੰਡ ਰੋਡ ਵਿਖੇ ਉਸ ਸਮੇਂ ਅਫਰਾ ਤਫਰੀ ਵਾਲਾ ਮਾਹੌਲ ਬਣ ਗਿਆ ਜਦ ਬੜਾ ਪਿੰਡ ਰੋਡ ਤੇ ਸਥਿਤ ਪੰਜਾਬ ਨੈਸ਼ਨਲ ਬੈਂਕ ਸ਼ਾਖਾ ਗੁਰਾਇਆਂ ਵਿੱਚ ਅੱਗ ਲੱਗ ਗਈ। ਉੱਥੇ ਮੌਜੂਦ ਲੋਕਾਂ ਵੱਲੋਂ ਅੱਗ ਲੱਗਣ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਨਗਰ ਕੌਂਸਲ ਗੁਰਾਇਆਂ ਦੀ ਟੀਮ ਅਤੇ ਫਾਇਰ ਬ੍ਰਿਗੇਡ ਵਿਭਾਗ ਫਗਵਾੜਾ ਦੀ ਟੀਮ ਨੇ ਅੱਗ ਤੇ ਕਾਬੂ ਪਾਇਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਬ੍ਰਾਂਚ ਮੈਨੇਜਰ ਪਵਨ ਕੁਮਾਰ ਨੇ ਦੱਸਿਆ ਕਿ ਬਿਜਲੀ ਦੇ ਸ਼ਾਰਟ ਸਰਕਟ ਨਾਲ ਇਹ ਹਾਦਸਾ ਵਾਪਰਿਆ ਹੈ ਅਤੇ ਸਮਾਂ ਰਹਿੰਦਿਆਂ ਹੀ ਅੱਗ ਉੱਤੇ ਕਾਬੂ ਪਾ ਲਿਆ ਗਿਆ ਹੈ, ਜਿਸ ਨਾਲ ਕੋਈ ਵੱਡਾ ਨੁਕਸਾਨ ਨਹੀਂ ਹੋਇਆ। ਬਾਅਦ ਵਿੱਚ ਸਰਕਟ ਸ਼ੋਰਟ ਹੋਣ ਕਰਕੇ ਅੱਗ ਲੱਗ ਗਈ ਅਤੇ ਤਕਰੀਬਨ 8 ਵਜੇ ਦਾ ਵਾਕਿਆ ਅਤੇ ਫੌਰਨ ਫਾਇਰ ਬ੍ਰਿਗੇਡ ਨੂੰ ਫੋਨ ਕਰਕੇ ਬੁਲਾਇਆ ਗਿਆ ਅਤੇ ਕਮੇਟੀ ਵਾਲੇ ਵਰਕਰਾਂ ਨੇ ਵੀ ਬੜੀ ਮਦਦ ਕੀਤੀ ਜਿੱਥੇ ਕਿ ਜ਼ਿਆਦਾ ਨੁਕਸਾਨ ਨਹੀਂ ਹੋਇਆ ਬੈਂਕ ਦਾ ਅਤੇ ਸਮੇਂ ਸਿਰ ਅੱਗ 'ਤੇ ਕਾਬੂ ਪਾ ਲਿਆ ਗਿਆ। ਕਾਰਨ ਇਹ ਸਰਕਟ ਸ਼ਾਰਟ ਦਾ ਇੰਜਨ ਲੱਗ ਰਿਹਾ ਅਤੇ ਪ੍ਰਿੰਟਰ ਨੂੰ ਪਹਿਲਾਂ ਅੱਗ ਲੱਗੀ, ਲੇਜ਼ਰ ਪ੍ਰਿੰਟਰ ਨੂੰ, ਅਤੇ ਜ਼ਿਆਦਾ ਅੱਗ ਨਹੀਂ ਫੈਲ ਸਕੀ ਮੌਕੇ 'ਤੇ ਪਹੁੰਚਣ ਕਰਕੇ ਅਤੇ ਜਲਦੀ ਉਪਾਅ ਕਰਨ ਕਰਕੇ ਅੱਗ 'ਤੇ ਕਾਬੂ ਪਾਇਆ ਜਾ ਸਕਿਆ। ਰਾਤ ਨੂੰ ਤਾਂ ਸਾਨੂੰ ਸਪਲਾਈ ਤਾਂ ਬੰਦ ਕਰਕੇ ਜਾਂਦੇ ਅਸੀਂ ਸਾਰੀਆਂ, ਲੇਕਿਨ ਸਾਡੇ ਇੱਕ ਪੀ ਸੀ ਜਿਹੜਾ ਸਰਵਰ ਹੁੰਦਾ ਉਹਨੂੰ ਸਪਲਾਈ ਜ਼ਰੂਰੀ ਹੁੰਦੀ ਹੈ, ਉਹਨੂੰ ਅਸੀਂ ਬੰਦ ਨਹੀਂ ਕਰ ਸਕਦੇ। ਏ ਸੀ ਵਗੈਰਾ ਵੀ ਚੱਲਦੇ ਰਹਿੰਦੇ ਜੀ ਬੈਂਕ? ਨਹੀਂ, ਏ ਸੀ ਬੰਦ ਹੁੰਦੇ ਜੀ, ਸਾਰੇ ਅਸੀਂ ਔਫ ਕਰਕੇ ਜਾਂਦੇ ਉੱਥੋਂ, ਹਜੇ ਵੀ ਔਫ ਆ, ਉਹ ਸਾਰੇ ਔਫ ਹੁੰਦੇ ਆ। ਏ ਟੀ ਐੱਮ ਕਰਕੇ ਸਾਨੂੰ ਏ ਟੀ ਐੱਮ ਵਾਲਾ ਇਹ ਜਿਹੜਾ ਏ ਸੀ ਆ ਉਹ ਚੱਲਦਾ ਰੱਖਣਾ ਪੈਂਦਾ ਬੈਂਕ ਦੇ। ਹਾਂਜੀ, ਬੈਂਕ ਦੇ ਬੰਦ ਹੁੰਦੇ? ਹਾਂਜੀ, ਬੈਂਕ ਦੇ ਸਾਰੇ ਏ ਸੀ ਬੰਦ ਹੁੰਦੇ, ਲਾਈਟਾਂ ਬੰਦ ਹੁੰਦੀਆਂ, ਅਸੀਂ ਮੇਨ ਤੋਂ ਹੀ ਔਫ ਕਰਕੇ ਜਾਂਦੇ। ਕਿੰਨੇ ਕੁ ਵਜੇ ਪਤਾ ਲੱਗਾ ਜੀ ਅੱਗ? ਅੱਗ ਦਾ ਸਵੇਰੇ 8 ਵਜੇ ਦੇ ਕਰੀਬ, 8 ਵਜੇ ਦੇ ਕਰੀਬ ਪਤਾ ਲੱਗਾ। ਨੁਕਸਾਨ ਜ਼ਿਆਦਾ ਤਾਂ ਨਹੀਂ ਹੋਇਆ? ਨਹੀਂ, ਨੁਕਸਾਨ ਤੋਂ ਬਚਾਅ ਹੋ ਗਿਆ, 1-2 ਇੰਸਟਰੂਮੈਂਟ ਹੀ ਮਤਲਬ ਉਹਨਾਂ ਨੂੰ ਹੀ ਅੱਗ ਲੱਗੀ, ਬਾਕੀ ਸਾਡੇ ਡਾਕੂਮੈਂਟਸ, ਫਾਈਲਾਂ, ਐਵਰੀਥਿੰਗ ਇਜ਼ ਸੇਫ।